ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਆ ਕਹਿ ਮੈਂ ਜੀ ਸਿੱਧਾ ਹੋਰ ਸੁਣਾਓ ਕੀ ਬਣੀ ਜਾਂਦਾ ਇਹ ਮੱਝ ਲਿਆਂਦੀ ਹੈ ਜੀ ਆਪਾਂ ਆਪਣੇ ਭਰਾ ਨੇ ਲਿਆਂਦੀ ਵੀ ਕੀ ਗਿਫਟ ਹੀ ਦਿੱਤਾ ਡਾਕਟਰ ਨੇ ਬਾਈ ਨੇ ਤਾਂ ਬਾਕੀ ਸਾਡਾ ਸਤਿਕਾਰਯੋਗ ਭਰਾ ਗਾ ਡਾਕਟਰ ਵੀਰ ਬਹੁਤ ਮੁਹੱਬਤ ਹੈ ਉਹਨਾਂ ਨਾਲ ਅਤੇ ਉਹਨਾਂ ਨੇ ਮੈਨੂੰ ਜਦੋਂ ਮੈਸੇਜ ਕੀਤਾ ਵੀ ਤੇਰੇ ਵਾਸਤੇ ਇੱਕ ਤੋਹਫਾ ਯਾਰ ਉਹ ਭੇਜਣੀ ਹੈ ਤਾਂ ਠੀਕ ਹੈ ਡਾਕਟਰ ਸਾਹਿਬ ਨੂੰ ਮੈਂ ਵੀ ਕੋਈ ਚੱਕਰ ਨਹੀਂ ਅੱਗੇ ਵੀ ਸਾਡੀ ਚੱਲਦੀ ਰਹਿੰਦੀ ਡਾਕਟਰ ਨਾਲ ਗੱਲਬਾਤ ਮੈਂ ਕੋਈ ਗੱਲ ਨਹੀਂ ਭੇਜੋ ਵੀਰੇ ਹੈ ਨਾ ਤਾਂ ਜਦੋਂ ਇਹਨੂੰ ਦੇਖਿਆ ਤਾਂ ਮੈਂ ਵੀ ਖੁਦ ਹੈਰਾਨ ਹੋ ਗਿਆ ਤਾਂ ਬਾਕੀ ਬੜੀ ਬੜੀ ਚੰਗੀ ਬਾਕੀ ਚੰਗੀ ਦੇ ਨਾਲ ਨਾਲ ਮਗਰਲੇ ਸਾਲ ਵੀ ਇਹਦਾ ਦੱਸਿਆ ਸੀਗਾ ਬਹੁਤ ਚੰਗੀ ਹਿਸਟਰੀ ਸੀਗੀ ਦੇਖੀਆਂ ਸੀਗੀਆਂ ਉਹ ਟਾਈਮਾਂ ਦੇ ਵਿੱਚ ਵੀ ਜਦੋਂ ਤੋਕਣਾ ਸੀਗੀਆਂ ਬੜੇ ਬੜੇ ਤਕੜੇ ਦੁੱਧ ਦੇ ਰਿਕਾਰਡ ਸੀ ਬੜਾ ਚੰਗਾ ਚਵਾਂਗਾ ਸੀ ਪਰ ਸੀ ਦੇਸੀ ਬੰਦੇ ਨਾ ਕਿਤੇ ਮੇਲਿਆਂ 'ਤੇ ਕੱਢਣੀ ਹੈ ਨਾ ਕੁਛ ਜਾਣਾ ਨਾ ਆਉਣਾ ਡਾਕਟਰ ਕੋਲ ਜਿਹੜਾ ਟੀਕਾ ਹੈਗਾ ਪੁੱਛ ਲੈਣਾ ਵੀ ਕਿਹਦਾ ਵਾ ਭਰਾ ਦੇਣਾ ਵੀ ਵਧੀਆ ਜਿਹਾ ਭਰਦੀ ਉਹ ਕੰਮ ਹੈ ਹੈ ਨਾ ਤਾਂ ਵੀ ਆਡਰ ਉਡਰ ਦੇਖੋ ਤਾਂ ਥਣ ਗੈਪ ਦੇਖੋ ਤਾਂ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿੰਨੇ ਦੁੱਧ ਵਾਲੀ ਲੱਗਦੀ ਹੈ ਤੁਹਾਨੂੰ ਫਿਰ ਆਪਾਂ ਦੇਖਾਂਗੇ ਉਸ ਹਿਸਾਬ ਨਾਲ ਚਵਾਈ ਕਰਕੇ ਤੁਹਾਨੂੰ ਦੱਸਾਂਗੇ ਵੀ ਭਾਈ ਆਪਣੇ ਘਰ ਇਸ ਸਾਲ ਆ ਇੰਨੇ ਦੁੱਧ 'ਤੇ ਜਾ ਵੜੀ ਉਹ ਤੁਹਾਡੇ ਨਾਲ ਵਾਅਦਾ ਉਹ ਤੁਹਾਨੂੰ ਦੱਸਾਂਗੇ ਆਪਾਂ ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਥੋੜ੍ਹੇ ਬਹੁਤੇ ਚੀਜ਼ਾਂ ਜਦੋਂ ਪਸ਼ੂ ਆਉਂਦਾ ਨਵਾਂ ਉਹਦੀ ਤਿਆਰੀ ਵੀ ਹੁੰਦੀ ਹੈ ਠੀਕ ਹੈ ਜੀ ਅੱਡੋ ਅੱਡੋ ਹੁੰਦਾ ਨੋਰਮਲ ਆ ਨਾ ਜਿਵੇਂ ਆਪਾਂ ਤਾਂ ਜਿਵੇਂ ਸਿੰਘ ਵੀ ਦੇਖਣੇ ਆ ਉਹ ਵੀ ਬਣਾਉਣੇ ਆ ਵਧੀਆ ਚੀਜ਼ ਸਾਰੇ ਪੈਰ ਵਗੈਰਾ ਸਭ ਕੁਛ ਹੈ ਨਾ ਇੱਦਾਂ ਕਈ ਚੀਜ਼ਾਂ ਦਾ ਅੰਤਰ ਆ ਵੀ ਮਤਲਬ ਜਿਹੜੀਆਂ ਸਭ ਚੀਜ਼ਾਂ ਮਤਲਬ ਸੈੱਟ ਕਰਨੀਆਂ ਪੈਂਦੀਆਂ ਤਾਂ ਬਾਕੀ ਹਜੇ ਤੁਸੀਂ ਦੇਖ ਸਕਦੇ ਹਾਂ ਆਡਰ ਇਕੱਲਾ ਇਕੱਲਾ ਥਣ ਦੇਖ ਸਕਦੇ ਹਾਂ ਤੁਸੀਂ ਇਹਦਾ ਅਤੇ ਆਡਰ ਦਾ ਸਾਇਜ਼ ਦੇਖ ਸਕਦੇ ਹਾਂ ਤਾਂ ਦੁੱਧ ਦੀ ਕੰਪੈਸਟੀ ਚਲੋ ਮੈਂ ਤਾਂ ਕੀ ਦੱਸਣਾ ਤੁਹਾਨੂੰ ਹੈ ਨਾ ਤਾਂ ਕਈ ਵਾਰੀ ਆਪਾਂ ਦੱਸਦੇ ਹਾਂ ਤਾਂ ਤੁਹਾਨੂੰ ਪਤਾ ਹੀ ਆ ਕਹਿਣ ਦਾ ਭਾਵ ਵੀ ਆਪਣੇ ਪਹਿਲਾਂ ਵੀ ਐਨੀਮਲ ਇੱਦਾਂ ਦੀ ਆ ਹੈ ਨਾ ਤਾਂ ਉਸ ਹਿਸਾਬ ਨਾਲ ਉੱਦਾਂ ਦੀ ਹੇਕ ਲਿਆਉਂਦੀ ਆ ਮੱਝ ਵੀ ਉਹਨਾਂ ਤੋਂ ਵਧੂਗੀ ਵੀ ਘੱਟਦੀ ਨਹੀਂ ਹੈ ਨਾ ਤਾਂ ਇਸ ਤਰ੍ਹਾਂ ਦੀ ਲਿਆਉਂਦੀ ਆ ਵੀ ਮੂਹਰੇ ਚੰਗੀਆਂ ਉਮੀਦਾਂ ਕਰਦੇ ਹਾਂ ਵੀ ਚੰਗਾ ਇਹ ਵੀ ਆਪਾਂ ਨੂੰ ਨਾਂ ਬਣਾਊਗੀ ਤਾਂ ਬਾਕੀ ਨਾਲ ਨਾਲ ਸਾਡੇ ਨਾਲ ਨਾਲ ਸਾਡੇ ਭਰਾ ਦਾ ਨਾਮ ਵੀ ਬਣਾਊਗੀ ਡਾਕਟਰ ਦਾ ਠੀਕ ਹੈ ਜੀ ਜਿਹੜੇ ਭਰਾਵਾਂ ਨੇ ਸਾਡੇ ਵਾਸਤੇ ਇੰਨੀਆਂ ਚੰਗੀਆਂ ਗਿਫਟ ਸਾਨੂੰ ਕੱਢ ਕੇ ਦਿੱਤੇ ਭਾਲ ਕੇ ਦਿੱਤੇ ਤਾਂ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਬੱਚੇ ਕਨੀ ਖਿੱਚ ਕੇ ਲੈ ਕੇ ਗਏ ਸੀ ਸਾਨੂੰ ਪਤਾ ਕੱਟੀ ਜਦੋਂ ਦੂਰ ਹੁੰਦੀ ਹੈ ਫਿਰ ਭੱਜ ਲੈਂਦੀ ਹੈ ਤਾਂ ਇਹ ਖਾਲੀ ਕੀਤੀ ਖਾਲੀ ਕਰਕੇ ਬਾਈ ਹੋਈ ਹੈ ਇਹ 1400-1400 ਲੀਟਰ ਤੋਂ ਸਟਾਰਟਿੰਗ ਕੀਤੀ ਇਹਨੇ ਦੁੱਧ ਦੀ ਅਤੇ ਬਾਕੀ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਜੀ ਸੂਈ ਨੂੰ ਅਜੇ ਇਹਨੂੰ 4-5 ਦਿਨ ਹੋ ਗਏ ਤਾਂ ਵੀ ਬਸ 1-2 ਦਿਨਾਂ ਦੇ ਵਿੱਚ ਤੁਹਾਨੂੰ ਤਾਂ ਇਹਦੀ ਅਪਡੇਟ ਸਾਰੀ ਦਿੰਦੇ ਰਹਾਂਗੇ ਜਿਵੇਂ ਵੀ ਅਪਡੇਟ ਹੋਈ ਜਿਵੇਂ ਦੁੱਧ ਦੇਣ ਲੱਗੀ ਉਸ ਲੋਟ ਅਪਡੇਟ ਤੁਹਾਨੂੰ ਦੇਵਾਂਗੇ ਬਾਕੀ ਯਕੀਨ ਕਰਦੇ ਹਾਂ ਨਵਾਂ ਥਾਂ ਦਾ ਕਰਕੇ ਕੋਈ ਖਾਣਾ ਪੀਣਾ ਉਹ ਪ੍ਰੋਬਲਮ ਤਾਂ ਗੱਲ ਵੱਖਰੀ ਹੈ ਅਤੇ ਪਰ ਉਮੀਦਾਂ ਬਹੁਤ ਵੱਡੀਆਂ ਅਤੇ ਬਾਕੀ ਦੁੱਧ ਵੀ ਬਹੁਤ ਜ਼ਿਆਦਾ ਦੇਖਿਆ ਹੋਇਆ ਇਹਦਾ ਹਕੀਕਤ ਦੇ ਵਿੱਚ ਹੀ ਅਸੀਂ ਖੁਦ ਆਪ ਦੇਖਿਆ ਸੀਗਾ ਅਤੇ ਡਾਕਟਰ ਸਾਹਿਬ ਨੂੰ ਉਹਦੀ ਕੈਬ ਸੀਗਾ ਵੀ ਡਾਕਟਰ ਸਾਹਿਬ ਤਾਂ ਇਹ ਚੀਜ਼ ਸਾਨੂੰ ਮਤਲਬ ਲਾਜ਼ਮੀ ਦਵਾਇਓ ਕਿਸੇ ਦਿਨ ਵੀ ਮਰਜ਼ੀ ਦੇਣਗੇ ਤਾਂ ਅੱਜ ਇਹ ਚੀਜ਼ ਆਪਾਂ ਨੂੰ ਦਵਾ ਦਿੱਤਾ